ਡਾਕਟਰ ਮਨਮੋਹਨ ਸਿੰਘ ਨੇ ਇੱਕ ਵੱਡਾ ਬਿਆਨ ਜਿਹੜਾ ਹੈ ਦਿੱਤਾ ਹੈਗਾ, ਉਹਨਾਂ ਨੇ ਕਿਹਾ ਕਿ ਭਾਰਤ ਦੇ ਜਿਹੜੇ ਨੌਜਵਾਨ ਨੇ 2 ਕਰੋੜ ਨੌਕਰੀਆਂ ਦੀ ਉਮੀਦ ਕਰ ਰਹੇ ਨੇ, ਉਹਦੀ ਤਾਂਘ ਨਾਲ ਜਿਹੜੀ ਹੈ ਵੇਟ ਕਰ ਰਹੇ ਨੇ, ਜਿਹੜੀਆਂ ਕਿ ਨਰਿੰਦਰ ਮੋਦੀ ਵੱਲੋਂ ਐਲਾਨੀਆਂ ਗਈਆਂ ਸਨ। ਅਵਤਾਰ ਸਿੰਘ ਜੀ, ਕੀ ਕਹੋਗੇ ਮਨਮੋਹਨ ਸਿੰਘ ਦੇ ਇਸ ਬਿਆਨ ਬਾਰੇ? ਹਾਂਜੀ, ਉਹਨਾਂ ਨੇ ਕਾਫੀ ਤਿੱਖਾ ਬਿਆਨ ਪਿਛਲੇ ਦਿਨ ਦਿੱਤਾ। ਕਪਿਲ ਸਿੱਬਲ ਨੇ ਕੋਈ ਕਿਤਾਬ ਲਿਖੀ ਸੀਗੀ ਆਪਣੇ ਪਿਛਲੇ ਸਾਲਾਂ ਦੇ ਜਿਹੜੀ ਰਾਜਨੀਤੀ ਆ ਉਹਦੇ ਬਾਰੇ, ਅਤੇ ਉਹਦਾ ਲਾਂਚ ਸੀਗਾ ਉਸ ਦਿਨ ਦਿੱਲੀ ਵਿੱਚ, ਅਤੇ ਉੱਥੋਂ ਡਾਕਟਰ ਮਨਮੋਹਨ ਸਿੰਘ ਨੇ ਇਹ ਤਿੱਖਾ ਅਟੈਕ ਕਰਿਆ ਵੀ ਉਹ 2 ਕਰੋੜ ਨੌਕਰੀਆਂ ਕਿੱਥੇ ਗਈਆਂ ਜਿਨ੍ਹਾਂ ਦਾ ਵਾਅਦਾ ਮੋਦੀ ਸਰਕਾਰ ਨੇ ਕਰਿਆ ਸੀ ਵੀ ਸਾਡੇ ਨੌਜਵਾਨ ਲਗਾਤਾਰ ਉਹਨਾਂ 2 ਕਰੋੜ ਨੌਕਰੀਆਂ ਨੂੰ ਉਡੀਕ ਰਹੇ ਨੇ, ਉਹ ਕਿਤੇ ਵੀ ਸਾਹਮਣੇ ਨਹੀਂ ਆ ਰਿਹਾ। ਲਗਾਤਾਰ ਇਕੋਨਮੀ ਬਾਰੇ ਉਹਨਾਂ ਨੇ ਕਿਹਾ ਵੀ ਲਗਾਤਾਰ ਇਕੋਨਮੀ ਆ ਜਿਹੜੀ ਉਹਦਾ ਜਿਹੜਾ ਗ੍ਰਾਫ ਥੱਲੇ ਜਾ ਰਿਹਾ, ਤੁਸੀਂ ਦੇਖ ਰਹੇ ਹੋ ਵੀ ਡਾਲਰ ਦੇ ਮੁਕਾਬਲੇ ਅਤੇ ਪਾਉਂਡ ਦੇ ਮੁਕਾਬਲੇ ਇਸ ਵੇਲੇ ਬਹੁਤ ਲੋਐਸਟ ਚੱਲ ਰਿਹਾ ਜੀ ਜੀ, ਭਾਰਤੀ ਰੁਪਈਆ ਬਹੁਤ ਲੋਐਸਟ ਲੈਵਲ 'ਤੇ ਚਲਿਆ ਗਿਆ, ਇਨਵੈਸਟਮੈਂਟ ਫੇਡ ਹੋ ਰਹੀ ਹੈ ਲਗਾਤਾਰ, ਹੈ ਨਾ, ਕਿਉਂਕਿ ਰੁਪਈਏ ਨੇ ਤਾਂ ਲੱਗਦੀ ਬਹੁਤ ਵੱਡੀਆਂ ਨਵਾਣਾਂ ਛੂ ਰਹੀਆਂ ਨੇ ਇਸ ਵੇਲੇ, 91-92 ਦੇ ਕਰੀਬ ਉਹ ਹੋਇਆ ਹੋਇਆ ਪਾਉਂਡ ਦੇ ਹਿਸਾਬ ਨਾਲ, ਅਤੇ ਡਾਲਰ ਦੇ ਹਿਸਾਬ ਨਾਲ 70 'ਤੇ ਪਹੁੰਚਿਆ, 70 ਵੀ ਟੱਪ ਗਿਆ, ਜਾਣੀ ਇਹ ਕਦੀ ਵੀ ਅਸੀਂ ਉਮੀਦ ਨਹੀਂ, ਲਗਾਤਾਰ 45-46-47 ਰਿਹਾ, ਕਦੀ ਵੀ 50 ਤੱਕ ਨਹੀਂ ਸੀ ਪਹੁੰਚਿਆ ਡਾਲਰ ਦੇ ਮੁਕਾਬਲੇ, ਪਹਿਲੀ ਵਾਰ ਹੋਇਆ ਵੀ 70 'ਤੇ ਪਹੁੰਚ ਗਿਆ ਹੋਇਆ। ਸੋ ਇੱਕ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਵੀ ਡਿਫਲੈਕਸ਼ਨ ਜਿਹੜੀ ਹੋਈ ਹੈਗੀ ਆ ਕਰੰਸੀ ਵਿੱਚ ਕਾਫੀ ਹੋਈ ਹੈ। ਸੋ ਉਸ ਕਰਕੇ ਡਾਕਟਰ ਮਨਮੋਹਨ ਸਿੰਘ ਨੇ ਇਹ ਕਿਹਾ ਵੀ ਲਗਾਤਾਰ ਤੁਹਾਤੋਂ ਇਕੋਨਮੀ ਨਹੀਂ ਸੰਭਾਲੀ ਜਾ ਰਹੀ, ਜਿਹੜੀਆਂ ਨੌਕਰੀਆਂ ਦਾ ਜਾਂ ਜਿਹੜੀ ਗਰੋਥ ਦਾ ਵਾਧਾ ਸੀ ਉਹ ਨਹੀਂ ਹੋ ਰਿਹਾ, ਹੁਣ ਸਰਕਾਰ ਨੇ ਦੇਖਣਾ ਵੀ ਉਹ ਅੱਗੇ ਕੀ ਕਰਨਾ ਹੈਗਾ।